ਸਿੱਧੂ ਨੂੰ ਚੀ ਪ੍ਰੋਡਕਟ ਬਣਾ ਕੇ ਪੇਸ਼ ਕਰ ਪੇਸ਼ ਕਰ ਰਹੇ ਹਾਂ ਤੁਸੀਂ ਉਹ ਬੰਦੇ ਨੂੰ ਕਦੇ ਵੀ ਮਿਲੇ ਨਹੀਂ ਹੁਣ ਤੱਕ ਤੁਸੀਂ ਆਪ ਦੇ ਲੇਖ ਸੁਰਖ ਰੇਖਾ ਨੇ ਸਿੱਧੂ ਦੇ ਖਿਲਾਫ ਲਿਖੇ ਨੇ ਤੁਸੀਂ ਆਪ ਦੀ ਕਿਤਾਬ ਦੇ ਪਿੱਛੇ ਪਾਸ਼ਾ ਦਾ ਤੇ ਸਿੱਧੂ ਦਾ ਕੰਪੈਰੀਸ਼ਨ ਕਰਦੇ ਵੀ ਉਹ ਦੋਨੇ ਇੱਕੋ ਵਰਤੀ ਦੇ ਬੰਦੇ ਸੀਗੇ ਦੇ ਜਿਹੜੇ ਵਿਚਾਰ ਨੇ ਉਹ ਕੌਮ ਪੱਖੀ ਨੇ ਉਹ ਧਰਮ ਪੱਖੀ ਨੇ ਉਹ ਸੰਤਾਂ ਦਾ ਪਾਸ ਕਹਿਣਾ ਉਹਨਾਂ ਨੇ ਪਾਸ਼ ਨੂੰ ਪੜਿਆ ਉਹਨੂੰ ਲੱਗਿਆ ਕਿ ਪਾਸ਼ ਦੇ ਵਿੱਚ ਵੀ ਮਤਲਬ ਕਿ ਆਪਦੇ ਵਿਚਾਰ ਨੂੰ ਲੈ ਕੇ ਬਹੁਤ ਕਲੀਅਰਟੀ ਸੀਗੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਾਸ਼ ਤੇ ਸਿੱਧੂ ਇੱਕੋ ਮਤਲਬ ਕਿ ਅਲਾਈਨ ਤੇ ਚੱਲਦੇ ਆ ਦੋਨਾਂ ਦੇ ਰਾਹ ਅਲੱਗ ਅਲੱਗ ਅੱਡ ਅੱਟ ਨੇ ਉਹ ਕਿਤਾਬ ਜਿਨੀਆਂ ਕਿਤਾਬਾਂ ਆਈਆਂ ਨੇ ਉਹਨਾਂ ਵਾਂਗੂ ਨਹੀਂ ਹੈਗੀ ਉਹ ਕੋਈ ਮੈਂ ਮਤਲਬ ਕਿ ਮਾਰਕੀਟ ਦੇ ਵਿੱਚ ਪ੍ਰੋਡਕਟ ਨਹੀਂ ਲੈ ਕੇ ਆਉਣ ਵਾਸਤੇ ਉਹ ਇੱਕ ਡਾਕੂਮੈਂਟ ਦੇ ਰੂਪ ਦੇ ਵਿੱਚ ਹੋਊਗੀ ਠੰਡੀ ਹਵਾ ਦਾ ਬੁੱਲਾ ਹੋਮਾ ਮਾਂ ਦਾ ਕਲੇਜਾ ਠਾਰਾ ਸਮੁੰਦਰ ਹੋਮਾ ਇਹ ਤਪ ਦੇ ਅੰਗਾਰਾਂ ਤੇ ਛਲ ਮਾਰਾਂ ਹੋਮਾ ਕੰਗਾ ਤੇਰੇ ਕਿਸਾਂ ਦਾ ਕਰ ਜੂੜਾ ਤੇਰੀ ਪੱਗ ਦੇ ਲੜ ਸਵਾਰਾਂ ਜੇ ਕਿਦਰੇ ਹੋਮਾ ਰੱਬ ਮੈਂ ਤੇਰੀ ਲਿਖੀ ਦਾ ਵਰਕਾ ਪੜਨਾ ਤੇਰੀ ਲਿਖੀ ਦਾ ਵਰਕਾ ਬੁੱਕਮਾਰਕ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਧਿਆਜੀ ਸਾਡੀ ਜਿਹੜੀ ਕਿਤਾਬ ਹੈ ਉਹ ਹੈ ਤਾਜੀ ਚਰੀਟ ਮਨਜਿੰਦਰ ਮੱਖਾ ਹੁਣਾ ਦੇ ਲਿਖੀ ਹੋਈ ਕਵਿਤਾ ਦੀ ਇਹ ਕਿਤਾਬ ਹੈ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਮਨਜਿੰਦਰ ਜੀ ਸਵਾਗਤ ਹੈ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਮਨਜਿੰਦਰ ਜੀ ਆਪਾਂ ਪਹਿਲਾਂ ਕਵਿਤਾ ਪਹਿਲਾਂ ਨਾਵਲ ਤੇ ਤੁਹਾਡੇ ਤੇ ਚਰਚਾ ਕੀਤੀ ਤੇ ਹੁਣ ਕਵਿਤਾ ਦੀ ਕਿਤਾਬ ਲੋਕ ਕਹਾਣੀ ਪੜਨਾ ਪਸੰਦ ਕਰਦੇ ਨੇ ਕਿਉਂਕਿ ਥੋੜੇ ਸ਼ਬਦਾਂ ਵਿੱਚ ਥੋੜੇ ਪੇਜਾਂ ਦੇ ਵਿੱਚ ਕਹਾਣੀ ਸਮਝ ਲੱਗ ਜਾਂਦੀ ਹੈ ਉਹ ਨਾਵਲ ਵੀ ਪੜਨਾ ਪਸੰਦ ਕਰਦੇ ਨੇ ਵੈਬ ਸੀਰੀਜ਼ ਦੇਖਦੇ ਨੇ ਤੇ ਨਾਵਲ ਵੀ ਪੜਨਾ ਪਸੰਦ ਕਰਦੇ ਨੇ ਪਰ ਕਪਤਾ ਬਹੁਤ ਘੱਟ ਲੋਕ ਨੇ ਜਿਹੜੇ ਕਪਤਾ ਸਮਝਦੇ ਨੇ ਜਾਂ ਪੜਦੇ ਨੇ ਹਾਂ ਪਰ ਜਿਹੜੇ ਕਪਤਾ ਮੈਨੂੰ ਲੱਗਦਾ ਕਿ ਕਪਤਾ ਛੱਪ ਬਹੁਤ ਰਹੀ ਹੈਗੀ ਹੂੰ ਜਿਹ ਪਿਛਲੇ ਸਮੇਂ ਤੋਂ ਲੈ ਕੇ ਪਿਛਲੇ ਜੇ 2015 ਦੀ ਗੱਲ ਕਰੀਏ 2015 ਤੋਂ ਬਾਅਦ ਜੇ ਆਪਾਂ 100 ਮਗਰ ਦੇਖੀਏ ਤੇ 60 70 ਕਿਤਾਬਾਂ ਕਪਤਾ ਦੀਆਂ ਛੱਪ ਰਹੀਆਂ ਨੇ ਜੀ ਕਿਉਂਕਿ ਖੁੱਲੀ ਕਪਤਾ ਦਾ ਟ੍ਰੈਂਡ ਹੈ ਖੁੱਲੀ ਕਪਤਾ ਦੇ ਵਿੱਚ ਮਤਲਬ ਕਿ ਤੁਸੀਂ ਆਪ ਦੇ ਹਾ ਭਾਵ ਕਿਸੇ ਵੀ ਤਰ੍ਹਾਂ ਪ੍ਰਗਟ ਕਰ ਸਕਦੇ ਹੋ ਤੇ ਇੱਕ ਇਹ ਹੈ ਕਿ ਹੁਣ ਇਹ ਵੀ ਇੱਕ ਟ੍ਰੈਂਡ ਚੱਲ ਗਿਆ ਕਿ ਆਪ ਦੇ ਆਪ ਨੂੰ ਸਹਿਤਕਾਰ ਦਾ ਹੋਣਾ ਤੇ ਉਹਦੇ ਕਰਕੇ ਵੀ ਜਿਆਦਾ ਨਹੀਂ ਚੱਲਿਆ ਟ੍ਰੈਂਡ ਜਿਵੇਂ ਫੇਸਬੁੱਕ ਦੇ ਉੱਤੇ ਅਕਸਰ ਰੋਜ਼ ਹੀ ਕੋਈ ਨਾ ਕੋਈ ਨਵਾਂ ਸਹਿਤਕਾਰ ਉੱਭਰ ਆਉਂਦਾ ਮਤਲਬ ਫੋਟੋਆਂ ਵਾਇਰਲ ਹੋ ਜਾਂਦੀਆਂ ਜਾਂ ਫੋਟੋਆਂ ਸਾਹਮਣੇ ਆ ਜਾਂਦੀਆਂ ਵੀ ਸਾਡੀ ਆ ਕਿਤਾਬ ਬੜੀ ਚਰਚਾ ਚ ਹੈ ਇਹ ਹਾਂ ਇਹ ਪਰ ਸਾਹਿਤ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਦਰਿਆਵ ਦਾ ਰਾਹ ਲੈ ਕੇ ਚੱਲਦਾ ਹੈ ਸਾਹਿਤ ਵੀ ਮਤਲਬ ਕਿ ਜਿਹੜੀਆਂ ਚੀਜ਼ਾਂ ਸਮਾਜ ਪੱਕੀ ਲੋਕ ਪੱਕੀ ਜਾਂ ਜਿਹੜੀ ਅਸਲੀ ਕਾਪਤਾ ਉਹ ਜਿਵੇਂ ਪਗਨ ਪੁਣੀ ਦੇ ਨਿਸ਼ਾਨ ਦੇ ਉੱਤੇ ਉੱਤੇ ਰਹਿ ਜਾਂਦੀ ਹੈ ਬਾਕੀ ਜਦੋਂ ਸਾਲ ਜਾਂ 2 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਮਤਲਬ ਕਿ ਉਗੜੀਆਂ ਹੋਈਆਂ ਚੜ੍ਹੀਆਂ ਕਿਤਾਬਾਂ ਜਿਨ੍ਹਾਂ ਦੇ ਵਿੱਚ ਕਾਪਤਾ ਅਸਲ ਕਵਿਤਾ ਹੁੰਦੀ ਹੈ ਉਹੀ ਕਿਤਾਬਾਂ ਮਾਰਕੀਟ ਦੇ ਵਿੱਚ ਰਹਿ ਜਾਂਦੀਆਂ ਬਾਕੀ ਸਾਰੀਆਂ ਗਾਇਬ ਹੋ ਜਾਂਦੀਆਂ ਸਮੇਂ ਦੇ ਨਾਲ ਅੱਛਾ ਜਿਵੇਂ ਅਕਸਰ ਕਹਿੰਦੇ ਨੇ ਕਿ ਜਿਵੇਂ ਬੰਦਾ ਕੋਈ ਵੀ ਲੇਖਕ ਹੈ ਕਹਾਣੀ ਲਿਖਦਾ ਜਾਂ ਨਾਵਲ ਲਿਖਦਾ ਉਹ ਪਹਿਲਾਂ ਕਹਿੰਦਾ ਮੈਂ ਕਵਿਤਾ ਤੋਂ ਸ਼ੁਰੂ ਕੀਤਾ ਸੀ ਬਹੁਤ ਹਨ ਮੈਂ ਵੀ ਸੁਣ ਸੁਣਿਆ ਕਈਆਂ ਤੋਂ ਉਹ ਕਹਿੰਦਾ ਮੈਂ ਤੀਜੀ ਜੀ ਗਾਣਾ ਲਿਖ ਲਿਆ ਸੀ ਮੈਂ ਕਵਿਤਾ ਲਿਖ ਲਈ ਸੀ ਫਿਰ ਮੈਂ ਨਾਵਲ ਵੱਲ ਪਰਤਿਆ ਤੁਸੀਂ ਨਾਵਲ ਤੋਂ ਕਵਿਤਾ ਵੱਲ ਆਇਓ ਹਾਂਜੀ ਉਹਦਾ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਕਵਿਤਾ ਜਿਹੜੀ ਉਹ ਥੋੜਾ ਜਿਹਾ ਇੱਕ ਜ਼ਿਆਦਾ ਗੁੰਝਲਦਾਰ ਵਿਦਾਇ ਜੀ ਮੇਰੇ ਮੁਤਾਬਕ ਕਈਆਂ ਨੂੰ ਲੱਗਦਾ ਕਿ ਸੌਖਾ ਕੰਮ ਹੈ ਹਮ ਪਰ ਮੈਨੂੰ ਲੱਗਦਾ ਕਿ ਕਪਤਾ ਜਿਹੜਾ ਉਹ ਨਾਵਲ ਨੂੰ ਜਾਂ ਕਹਾਣੀ ਨੂੰ ਕਿਤੇ ਔਖਾ ਕੰਮ ਹੈ ਹਮ ਕਹਾਣੀ ਦੇ ਵਿੱਚ ਇਹ ਹੈ ਕਿ ਤੁਸੀਂ ਮਤਲਬ ਜਦ ਤੁਰਦੇ ਹੋ ਤੇ ਨਾਲ ਦੇਖਣ ਲੱਗਦੇ ਹੋ ਕਈ ਚੀਜ਼ਾਂ ਤੁਹਾਡੇ ਨਾਲ-ਨਾਲ ਆਪਦੇ ਆਪ ਅੱਗੇ ਅੱਗੇ ਚੱਲਦੀਆਂ ਨੇ ਪਰ ਕਪਤਾ ਕਪਤਾ ਟੈਕਨੀਕਲ ਪੱਖ ਵੀ ਨਹੀਂ ਕਪਤਾ ਦੇ ਕਈ ਹਨ ਤੇ ਕਪਤਾ ਦੇ ਵਿੱਚ ਅੱਗੇ ਖੁੱਲੀ ਕਪਤਾ ਹੋ ਗਈ ਗਾਜਲ ਹੋ ਗਈ ਜੀ ਹਨਾ ਕਈ ਚੀਜ਼ਾਂ ਆ ਜਾਂਦੀਆਂ ਨਹੀਂ ਆ ਮੈਂ ਮਤਲਬ ਕਿ ਚਾਹੁੰਦਾ ਸੀ ਕਿ ਮੈਂ ਸਮਾਂ ਲਾਵਾਂ ਕਵਤਾ ਲਿਖਣ ਲੱਗਿਆ ਹਣਾ ਜੀ ਤੇ ਮੈਂ ਕਈ ਰਾਈਟਰ ਸੀ ਜਿਨ੍ਹਾਂ ਨੂੰ ਮਤਲਬ ਕਿ ਜਿਵੇਂ ਪੜਨਾ ਚਾਹੁੰਦਾ ਸੀਗਾ ਬਾਹਰ ਲਈ ਸੀ ਕੁਝ ਕੁਝ ਆਪਣੇ ਮਤਲਬ ਕਿ ਜਿਹੜੇ ਇਧਰ ਲਈ ਸੀ ਇਧਰ ਲਈ ਸੀ ਫਿਰ ਜਦੋਂ ਮੈਨੂੰ ਲੱਗਾ ਕਿ ਹਾਂ ਹੁਣ ਮੇਰੇ ਕੋਲੇ 60 70 ਕਵਤਾਵਾਂ ਹੈਗੀਆਂ ਨੇ ਜਿਹੜੀਆਂ ਮੈਂ ਲੋਪਰ ਕਰ ਸਕਦਾ ਹਾਂ ਆਪ ਮਤਲਬ ਕਿ ਸਿਰਜੀਆਂ ਜਿਵੇਂ ਸਿਲੈਕਟ ਕਰ ਲਈਆਂ ਸੀ ਜਿਨ੍ਹਾਂ ਦਾ ਮੈਨੂੰ ਲੱਗਦਾ ਸੀ ਜੇ ਮੈਂ ਲੋਕਾਂ ਤੱਕ ਲੈ ਕੇ ਜਾਊਂਗਾ ਤਾ ਸ਼ਾਇਦ ਮਤਲਕੀ ਲੋਕ ਪਸੰਦ ਕਰਨਗੇ ਜੋ ਤਾਜੀ ਛਰੀਟ ਵੱਜਦੀ ਹੈ ਇਹ ਛਾਪਦੀ ਹੈ ਹਨਾ ਤਾਂ ਤੁਸੀਂ ਕਿਹੜੇ ਪੰਜਾਬ ਦੇ ਕਵੀਆਂ ਦੀ ਆਪਾਂ ਗੱਲ ਕਰੀ ਤੁਸੀਂ ਕਹਿੰਦੇ ਪਹਿਲਾਂ ਜਦੋਂ ਆਪਣੀ ਆਫੇਅਰ ਗੱਲ ਹੋ ਰਹੀ ਸੀਗੇ ਪਾਸ਼ ਤੇ ਲਾਲ ਸਿੰਘ ਦਿਲ ਹਾਂਜੀ ਲਾਲ ਸਿੰਘ ਦਿਲ ਮੈਨੂੰ ਬੜਾ ਖੂਬਸੂਰਤ ਕਵੀ ਲੱਗਦਾ ਉਹ ਕਹਿੰਦਾ ਕਿ ਮੈਨੂੰ ਪਿਆਰ ਕਰਦੀ ਏ ਪਰ ਜਾਤ ਕੁੜੀਏ ਸਾਡੇ ਤਸਕੇ ਇੱਕ ਮੁਰਦੇ ਵੀ ਇੱਕ ਥਾਂ ਤੇ ਨਹੀਂ ਜਲਾਉਂਦੇ ਤਾਂ ਇਹਨਾਂ ਕਵੀਆਂ ਨੂੰ ਤੁਸੀਂ ਪੜਿਆ ਹਾਂ ਬਿਲਕੁਲ ਪਾਸ਼ ਲਾਲ ਸਿੰਘ ਦਿਲ ਸੰਤਰਾ ਮਦასი ਹਨਾ ਜਗਤਾਰ ਲੋਕੀ ਸ਼ਿਵ ਇਹ ਜਿਹੜੇ ਮਤਲਬ ਪੰਜਾਬੀ ਦੇ ਮਕਬੂਲ ਕਵੀ ਨੇ ਜਿੰਨੇ ਵੀ ਹਨ ਲਗਭਗ ਸਾਰੇ ਪੜੇ ਤੇ ਪਾਕਿਸਤਾਨੀ ਸ਼ਾਇਰ ਪੜੇ ਕੁਸ਼ਕ ਜੀ ਤੇ ਕੁਸ਼ਕ ਬਾਹਰਲੀ ਕਪਤਾ ਜਿਵੇਂ ਪਾਬਲੋਂ ਰੂਦਾ ਹੋ ਗਿਆ ਹਨਾ ਇਹਨਾਂ ਨੂੰ ਪੜਿਆ ਇਹਨਾਂ ਨੂੰ ਪੜਨ ਤੋਂ ਬਾਅਦ ਜਿੰਨਾ ਕਿ ਸਮਝਿਆ ਉਹਦੇ ਵਿੱਚੋਂ ਹੀ ਮਤਲਬ ਕੀ ਕਹਿੰਦੇ ਆ ਕਿ ਇਹਨਾਂ ਦੇ ਤਜਰਬਿਆਂ ਦੇ ਵਿੱਚੋਂ ਜਾਂ ਇਹਨਾਂ ਦੀ ਕਪਤਾ ਦੇ ਵਿੱਚੋਂ ਹੀ ਸਿੱਖ ਕੇ ਕਿ ਮੇਰਾ ਇਹ ਸੀ ਕਿ ਮੈਂ ਜਾਦੇ ਮਹਿਬੂਬ ਦੀ ਨਹੀਂ ਗੱਲ ਕਰਨੀ ਕਫਤਾ ਦੇ ਵਿੱਚ ਮੈਂ ਲੋਕ ਪੱਖੀ ਜਿਹੜੀ ਤਾਜੀ ਛਰੀਟ ਹੈ ਇਹਦੇ ਵਿੱਚ ਲੋਕਾਂ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਸੰਘਰਸ਼ੀ ਲੋਕਾਂ ਦੇ ਮੁੱਦੇ ਨੇ ਕਿਸਾਨਾਂ ਦੇ ਮੁੱਦੇ ਨੇ ਜਾਦੇ ਉਹੀ ਕਫਤਾ ਮੈਂ ਤਾਜੀ ਛਰੀਟ ਦੇ ਵਿੱਚ ਰੱਖੀ ਹੈਗੀ ਤਾਜੀ ਛਰੀਟ ਮਤਲਬ ਇਹਦਾ ਨਾ ਹੀ ਤਾਜੀ ਛਰੀਟ ਤਾਂ ਹਾਂ ਇਹ ਤਾਜੀ ਛਰੀਟ ਮੈਨੂੰ ਲੱਗਦਾ ਕਿ ਉਹ ਇੱਕ ਜਿਹੜਾ ਜ਼ਖਮ ਹੁਣ ਜਿਵੇਂ ਆਜ਼ਾਦੀ ਲੰਘ ਕੇ ਆ Đਿਆ ਨਾ ਉਹ ਜਿਹੜੀ ਉਹ ਮੈਨੂੰ ਬਾਗੇ ਤੋਂ ਜਿਹੜੀ ਲੰਘਦੀ ਉਹ ਮੈਨੂੰ ਛਰੀਟ ਲੱਗਦੀ ਆ ਹੂੰ ਉਹਦੀ ਉਹ ਮੈਨੂੰ ਉੱਥੋਂ ਇਹਦਾ ਨਾਮ ਸੀ ਮਤਲਬ ਕਿ ਉਸ ਗੱਲ ਵੀ ਮਤਲਬ ਛਰੀ ਟੱਕਰ ਬੜਾ ਲੰਬਾ ਸਮਾਂ ਰਹਿੰਦੀ ਹੈ ਦਰਦ ਕਰਦੀ ਰਹਿੰਦੀ ਹੈ ਉਹ ਜਿਆਦਾ ਮਤਲਬ ਉਹ ਹਲੇ ਵੀ ਰਿਸ ਰਹੀ ਉਹ ਚੀਜ਼ ਹੈ ਹਾਂ ਆਪਾਂ ਇਸ ਤੇ ਗੱਲਬਾਤ ਵੀ ਕਰਦੇ ਹਾਂ ਕੋਈ ਕਪਤਾ ਜਿਹੜੀ ਤੁਹਾਡੀ ਪਸੰਦੀ ਦਾ ਕਪਤਾ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਹਾਂ ਇਹਦੇ ਵਿੱਚ ਇੱਕ ਕਪਤਾ ਨਾ ਸਹੀ ਰਿਸ਼ਤਿਆਂ ਤੇ ਸੀਗੀ ਜੀ ਉਹਦਾ ਨਾਂ ਟੈਣੀਆਂ ਤੇ ਕਪਤਾ ਕਿ ਟੈਣੀਆਂ ਨਾਲ ਦੋਸਤੀ ਮੁੰਡਾ ਨਾਲ ਵੈਰ ਹਮ ਆਪਣੇਆਂ ਦੇ ਗਲੂਠੇ ਵਗਾਨਿਆਂ ਦੀ ਖੈਰ ਜੀ ਕਮਜ਼ੋਰ ਹੋਏ ਰਿਸ਼ਤੇ ਬਸ ਪਦਾਰਥਾਂ ਦੀ ਲਹਿਰ ਸ਼ਮਸ਼ਾਨਾਂ ਵਿੱਚ ਸ਼ਾਂਤੀ ਘਰਾਂ ਵਿੱਚ ਕਹਿਰ ਪੀਣ ਨੂੰ ਨਾ ਮਿਲੇ ਤਬਕਾ ਨਹਾਉਣ ਨੂੰ ਨਾ ਮਿਲੇ ਨਹਿਰ ਰੋਣ ਨੂੰ ਨਾ ਮਿਲਦਾ ਕੋਈ ਹੱਸਣ ਨੂੰ ਮਿਲੇ ਸ਼ਹਿਰ ਸ਼ਰਾਬਾਂ ਵਿੱਚ ਪਵਿੱਤਰਤਾ ਦੁੱਧਾਂ ਵਿੱਚ ਜ਼ਹਿਰ ਟਾਹਣੀਆਂ ਨਾਲ ਦੋਸਤੀ ਮੁੱਢਾਂ ਨਾਲ ਮੁੱਢਾਂ ਨਾਲ ਗੁੱਡ ਆਨਰ ਵੈਰ ਕੀ ਬਾਤ ਹੈ ਬਹੁਤ ਖੂਬਸੂਰਤ ਕਵਿਤਾ ਅੱਛਾ ਜਿਵੇਂ ਤੁਸੀਂ ਨਾਵਲ ਲਿਖਿਆ ਹੁਣ ਕਵਿਤਾ ਲਿਖੀ ਆ ਆਉਣ ਵਾਲੀ ਕਿਤਾਬ ਤੁਸੀਂ ਕਹਿੰਦੇ ਕਿ ਸਿੱਧੂ ਮੂਸੇ ਵਾਲੇ ਨਾਲ ਹੁਣਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਉਹਨਾਂ ਦੇ ਬਤਾਏ ਪਲ ਜਾਂ ਜੋ ਕੁਝ ਬਾਪਰਿਆ ਕਿਉਂਕਿ ਤੁਸੀਂ ਬੜੇ ਕਰੀਬ ਰਹੇ ਹੋ ਕਿਤਾਬ ਵੀ ਜਲਦ ਆ ਰਹੀ ਹੈ ਹਾਂ ਉਹ ਕਿਤਾਬ ਤੇ ਕੰਮ ਚੱਲ ਰਿਹਾ ਹੈ ਲਗਭਗ ਬਾਈ ਦੀ ਡੈਥ ਤੋਂ 2 ਮਹੀਨੇ ਬਾਅਦ ਹੀ ਮੈਂ ਕੰਮ ਸ਼ੁਰੂ ਕਰਤਾ ਸੀ ਹਮ ਪਰ ਉਹ ਮੈਨੂੰ ਲੱਗਦਾ ਕਿ ਉਹ ਕੰਮ ਉਹਦਾ ਜਿਹੜਾ ਦਾਇਰਾ ਬਹੁਤ ਵਿਸ਼ਾਲ ਹੈ ਜੀ ਕਿਉਂਕਿ ਉਦੋਂ ਮੇਰੀ ਮੇਰੀ ਕਿਤਾਬ ਆਉਣ ਤੋਂ ਪਹਿਲਾਂ ਕਿਉਂਕਿ ਹਲੇ ਤੱਕ ਮੈਨੂੰ ਲੱਗਦਾ ਕਿ ਹਲੇ ਵੀ ਮੈਨੂੰ ਉਹਦੇ ਤੇ ਟਾਈਮ ਲੱਗ ਜੂਗਾ ਜਿੰਨਾ ਕਿ ਮੇਰੇ ਕੋਲੇ ਡਾਟਾ ਜਿੰਨੀ ਕਿ ਮੇਰੇ ਕੋਲੇ ਇਨਫੋਰਮੇਸ਼ਨ ਹੈ ਜਿੰਨੀ ਕਿ ਮੈਂ ਇਨਫੋਰਮੇਸ਼ਨ ਮਤਲਬ ਲੇ ਕੇ ਇਕੱਠੀ ਕਰ ਰਿਹਾ ਹਾਂ ਪਰਿਵਾਰ ਦੀ ਥਰੂ ਜਾਂ ਸਿੱਧੂ ਦੇ ਦੋਸਤਾਂ ਦੇ ਥਰੂ ਜਿਹੜੀ ਮੈਨੂੰ ਵੀ ਨਹੀਂ ਪਤਾ ਵੈਸੇ ਲਗਭਗ ਮਤਲਬ ਲੇ ਕੇ ਘਟਨਾਵਾਂ ਦਾ ਪਤਾ ਹੈ ਕਿ ਕੀ ਵਾਪਰਿਆ ਕਿਵੇਂ ਸਾਰੀ ਚੀਜ਼ ਚੱਲੀ ਹੈ ਨਾ ਤੇ ਪਰ ਮੈਨੂੰ ਐ ਕਿ ਜਦੋਂ ਵੀ ਉਹ ਆਵੇ ਹਨ ਤੇ ਉਹ ਕਿਤਾਬ ਮੈਨੂੰ ਲੱਗਦਾ ਕਿ ਉਹ ਮੈਂ ਮੇਰੇ ਵਾਸਤੇ ਕੋਈ ਪ੍ਰੋਡਕਟ ਨਹੀਂ ਹੈਗਾ ਜਿਵੇਂ ਹੁਣ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਸਿੱਧੂ ਨੂੰ ਲੈ ਕੇ ਆ ਗਈਆਂ ਹੂੰ ਜਿਵੇਂ ਮੈਂ ਮਤਲਬ ਕਿ ਪਿੱਛੇ ਇੱਕ ਪੱਤਰਕਾਰ ਦੀ ਕਿਤਾਬ ਆ ਗਈ ਜਾਂ ਸੁਰਖ ਰੇਖਾ ਵਾਲਿਆਂ ਦੀ ਕਿਤਾਬ ਆ ਗਈ ਸੁਰਖ ਰੇਖਾ ਵਾਲੀ ਕਿਤਾਬ ਦੇ ਉੱਤੇ ਚਰਚਾ ਵੀ ਹੋਈ ਸੀ ਸੁਰਖ ਰੇਖਾ ਦੇ ਬਾਰੇ ਪਹਿਲਾਂ ਮਤਲਬ ਥੋੜੀ ਜ਼ਿਕਰ ਕਰ ਲਏ ਵੀ ਉਹ ਪਾਸ ਦੇ ਨਾਲ ਮੇਲ ਕਰਦੇ ਸੀਗੇ ਨਹੀਂ ਉਹ ਦੇਖੋ ਮੈਨੂੰ ਇਹ ਲੱਗਦਾ ਹੁੰਦਾ ਕਿ ਕਿਤਾਬ ਕੋਈ ਇਹ ਨਹੀਂ ਹੁੰਦੀ ਕਿ ਮਤਲਬ ਇਹ ਤੁਸੀਂ ਅਸਲ ਵਿੱਚ ਨਾ ਜਦੋਂ ਸਿੱਧੂ ਨੂੰ ਤੁਸੀਂ ਪ੍ਰੋਡਕਟ ਬਣਾ ਕੇ ਪੇਸ਼ ਪੇਸ਼ ਕਰ ਰਹੇ ਹੋ ਹਨ ਤੁਸੀਂ ਉਹ ਬੰਦੇ ਨੂੰ ਕਦੇ ਵੀ ਮਿਲੇ ਨਹੀਂ ਹੈਗੇ ਹੁਣ ਤੱਕ ਤੁਸੀਂ ਆਪ ਦੇ ਲੇਖ ਸੁਰਖ ਰੇਖਾ ਨੇ ਸਿੱਧੂ ਦੇ ਖਿਲਾਫ ਲਿਖੇ ਨੇ ਫਿਰ ਤੁਸੀਂ ਉਹਦਾ ਸੁਭਾਅ ਨਹੀਂ ਜਾਣਦੇ ਉਹਨੂੰ ਜਾਣਦੇ ਨਹੀਂ ਹੈਗੇ ਤੁਸੀਂ ਆਪ ਦੀ ਕਿਤਾਬ ਦੇ ਪਿੱਛੇ ਪਾਸ਼ ਦਾ ਤੇ ਸਿੱਧੂ ਦਾ ਕੰਪੈਰੀਸ਼ਨ ਕਰਦੇ ਹੋ ਵੀ ਉਹ ਦੋਨੇ ਇੱਕੋ ਵਰਤੀ ਦੇ ਬੰਦੇ ਸੀਗੇ ਜੀ ਜਦੋਂ ਕਿ ਅ ਬੇਸ਼ੱਕ ਸਿੱਧੂ ਨੇ ਆਪਦੇ ਗਾਣਿਆਂ ਦੇ ਵਿੱਚ ਲਿਖਿਆ ਕਿ ਮੈਂ ਮਤਲਬ ਕਿ ਪਾਸ਼ ਦੇ ਆਂ ਵਿਚਾਰਾ ਵਾਂਗੂ ਨਹੀਂ ਹਣਾ ਤੇ ਪਰ ਜਿਹੜਾ ਪਾਸ਼ ਹੈ ਉਹ ਕਿਸੇ ਹੋਰ ਵਿਚਾਰਤਾਰਾ ਨੂੰ ਲੈ ਕੇ ਚੱਲਦਾ ਹੈ ਲੈਫਟ ਮਤਲਬ ਕਿ ਚੱਲਦਾ ਹਣਾ ਤੇ ਜਿਹੜਾ ਸਿੱਧੂ ਆ ਸਿੱਧੂ ਮਤਲਬ ਕਿ ਪੰਥਕ ਬੰਦਾ ਹੈ ਸਿੱਧੂ ਦੇ ਜਿਹੜੇ ਵਿਚਾਰ ਨੇ ਉਹ ਕੌਮ ਪੱਖੀ ਨੇ ਉਹ ਧਰਮ ਪੱਖੀ ਨੇ ਉਹ ਸੰਤਾਂ ਦਾ ਪਾਸਕ ਹੈ ਹਣਾ ਤੇ ਉਹ ਸੁਖਜਿੰਦਰ ਰੰਧਾਵੇ ਨੂੰ ਸੁਣਦਾ ਹੈ ਤੇ ਉਹ ਬਲਵੀਰ ਭਰਪੂਰ ਨੂੰ ਸੁਣਦਾ ਹੈ ਉਹ ਲਹਿਰ ਜਿਹੜੀ ਮਤਲਬ 84 ਦੀ ਲਹਿਰ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੈ ਹਨਾ ਤੇ ਉਹ ਪਾਸ਼ ਦਾ ਪਾਸ਼ ਨੂੰ ਪੜਦਾ ਰਿਹਾ ਹਾਂ ਪੜਦਾ ਰਿਹਾ ਅਸਲ ਵਿੱਚ ਨਾ ਮੁੱਦਾ ਇਹ ਹੋ ਜਾਂਦਾ ਕਈ ਬੰਦਿਆਂ ਨੂੰ ਲੱਗਦਾ ਕਿ ਵੀ ਜੇ ਪਾਸ਼ ਹੁਣ ਜਿਵੇਂ ਮੈਂ ਵੀ ਪਾਸ਼ ਨੂੰ ਪੜਦਾ ਹੈ ਹਨਾ ਜਦੋਂ ਅਸੀਂ ਕਿਸੇ ਵਿਚਾਰ ਦੇ ਦੇ ਨਾਲ ਮਤਲਬ ਕਿ ਸਹਿਮਤ ਨਹੀਂ ਹੈਗੇ ਉਨਾ ਚਿਰ ਪਤਾ ਵੀ ਹੋਣਾ ਚਾਹੀਦਾ ਉਹਨਾਂ ਚਿਰ ਅਸੀਂ ਸਹਿਮਤ ਨਾ 37 ਜਾਂ 37 ਹੀ ਹੋਣਾ ਉਹਨਾਂ ਚਿਰ ਨਹੀਂ ਅਸੀਂ ਕਹਿ ਸਕਦੇ ਜਿਨ੍ਹਾਂ ਚਿਰ ਅਸੀਂ ਉਹਦੇ ਬਾਰੇ ਪੜਿਆ ਹੀ ਨਹੀਂ ਹੈ ਹਣਾ ਹੁਣ ਉਹਨੇ ਪਾਸ਼ ਨੂੰ ਪੜਿਆ ਉਹਨੂੰ ਲੱਗਿਆ ਕਿ ਪਾਸ਼ ਦੇ ਵਿੱਚ ਵੀ ਮਤਲਬ ਹੈ ਕਿ ਆਪਦੇ ਵਿਚਾਰ ਨੂੰ ਲੈ ਕੇ ਬਹੁਤ ਕਲੀਅਰਟੀ ਸੀਗੀ ਹਣਾ ਬੇਸ਼ੱਕ ਉਹਦਾ ਆਪਦਾ ਵਿਚਾਰ ਅਲੱਗ ਸੀਗਾ ਜੀ ਹਣਾ ਜਿਉਂਨੇ ਪੜਿਆ ਤਾਂ ਉਹਨੂੰ ਪਤਾ ਪਰ ਉਹਨੇ ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਾਸ ਤੇ ਸਿੱਧੂ ਇੱਕੋ ਮਤਲਬ ਕਿ ਅਲਾਈਨ ਤੇ ਚੱਲਦੇ ਦੋਨਾਂ ਦੇ ਰਾਹ ਅੱਡੂ ਅਲੱਗ-ਅਲੱਗ ਨੇ ਦੋਨੇ ਆਪ ਦੇ ਆਪ ਦੇ ਸਮਿਆਂ ਦੇ ਮਤਲਬ ਕਿ ਵੱਡੇ ਬੰਦੇ ਨੇਗੇ ਅੱਛਾ ਉਸ ਕਿਤਾਬ ਜਿਸ ਦੀ ਕਿਤਾਬ ਦੀ ਆਪਾਂ ਜ਼ਿਕਰ ਕਰ ਰਹੇ ਸਿੱਧੂ ਮੂਸੇਵਾਲਾ ਉਹਨਾਂ ਤੇ ਤੁਸੀਂ ਕਰ ਰਹੇ ਹੋ ਕਦ ਆ ਰਹੀ ਹੈ ਉਹ ਕਿਤਾਬ ਮੈਨੂੰ ਲੱਗਦਾ ਲੱਗ ਜਾਣਾ ਹਲੇ 2-3 ਮਹੀਨੇ ਤਾਂ ਉਹਨੂੰ ਆਉਣ ਦੇ ਵਿੱਚ ਲੱਗ ਜਾਣੇ ਕਿਉਂਕਿ ਉਹ ਕਿਤਾਬ ਜਿਹੜੀਆਂ ਕਿਤਾਬਾਂ ਆਈਆਂ ਨੇ ਉਹਨਾਂ ਵਾਂਗੂ ਨਹੀਂ ਹੈਗੀ ਉਹ ਕੋਈ ਮੈਂ ਮਤਲਬ ਕਿ ਮਾਰਕੀਟ ਦੇ ਵਿੱਚ ਪ੍ਰੋਡਕਟ ਨਹੀਂ ਲੈ ਕੇ ਆਉਣ ਵਾਸਤੇ ਉਹ ਇੱਕ ਡਾਕੂਮੈਂਟ ਦੇ ਰੂਪ ਦੇ ਵਿੱਚ ਹੋਊਗੀ ਹਮ ਜਿਹਦੇ ਵਿੱਚ ਸ਼ੁਰੂ ਤੋਂ ਲੈ ਕੇ ਸਿੱਧੂ ਮਤਲਬ ਕਿ ਮਾਨਸਾ ਦਾ ਜਿਹੜੀ ਪੰਘੋਲਕ ਸਥਿਤੀ ਹੈ ਉਹਨੂੰ ਲੈ ਕੇ ਉੱਥੇ ਲੋਕਾਂ ਦਾ ਸਭਾ ਕਿਵੇਂ ਆ ਉਹ ਦੋ ਪਾਰਟ ਹੋਣਗੇ ਉਹਦੇ ਪਹਿਲਾ ਪਾਰਟ ਹੈਗਾ ਦਾ ਰੀਅਲ ਰੀਜ਼ਨ ਵਾਈ ਦਾ ਲੈਜੈਂਡ ਡਾਈਡ ਜੀ ਚਾਰੇ ਪਿਸ਼ਾਵਾਂ ਦੇ ਵਿੱਚ ਉਮੇਸ਼ਾਪੂ ਪੰਜਾਬੀ ਹਿੰਦੀ ਉਰਦੂ ਤੇ ਇੰਗਲਿਸ਼ ਦੇ ਵਿੱਚ ਜੀ ਪੂਰੀ ਉਹਦੀ ਜੀਵਨੀ ਹੈ ਜਿੰਨੀਆਂ ਉਹਨੀਆਂ ਜੀਵਨ ਮਤਲਬ ਕਿ ਜਿੰਨੇ ਲੋਕ ਉਹਦੇ ਨਾਲ ਰਹੇ ਨੇ ਜਿੰਨੀਆਂ ਉਹਦੇ ਨਾਲ ਧੋਖੇ ਧੜੀਆਂ ਹੋਈਆਂ ਨੇ ਜਿੱਥੇ ਜਿੱਥੇ ਸਿੱਧੂ ਨੂੰ ਵਰਤਿਆ ਗਿਆ ਜਿਵੇਂ ਦਾ ਸਿੱਧੂ ਦਾ ਸੁਭਾਅ ਸੀ ਉਹ ਸਭ ਕੁਝ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੇ ਵਿੱਚ ਹੈਗਾ ਤੇ ਜਿਹੜਾ ਦੂਜਾ ਪਾਰਟ ਹੈ ਉਹ ਡੈਥ ਤੋਂ ਬਾਅਦ ਕਿ ਸਿੱਧੂ ਦੇ ਉੱਪਰ ਕਿੰਨੀ ਜ਼ਿਆਦਾ ਰਾਜਨੀਤੀ ਕੀਤੀ ਗਈ ਹੈ ਸਿੱਧੂ ਨੂੰ ਪ੍ਰੋਡਕਟ ਬਣਾ ਕੇ ਵੇਚਣ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਹੈ ਹਨਾ ਦੂਜਾ ਪਾਰਟ ਉਹ ਦਾ ਜੀ ਤਾਂ ਅੱਜ ਝਰੀਟ ਦੀ ਵੀ ਆਪਾਂ ਨਾਲ ਨਾਲ ਗੱਲ ਕਰਦੇ ਰਹੇ ਕਿਉਂਕਿ ਇਸ ਕਿਤਾਬ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਸਿੱਧੂ ਹੁਣਾਂ ਦੀ ਗੱਲ ਚੱਲੀ ਹੈ ਤੁਸੀਂ ਬੜੇ ਕਰੀਬੀ ਰਹੇ ਹੋ ਕਰੀਬੀ ਮਿੱਤਰਾਂ ਚੋਂ ਬਹੁਤ ਸਾਰੀਆਂ ਯਾਦਾਂ ਤੁਹਾਡੇ ਨਾਲ ਆਪਾਂ ਡਿਸਕਸ ਵੀ ਕੀਤੀਆਂ ਸੀ ਇੱਕ ਦਿਨ ਤਾਂ ਉਸ ਮਿੱਤਰ ਦੇ ਲਈ ਉਹ ਸੱਜਣ ਉਹ ਸਾਂਝ ਦੇ ਲਈ ਕੋਈ ਕਫਤਾ ਆਹ ਦੇ ਵਿੱਚ ਮੈਂ ਇੱਕ ਕਾਪ ਤਾਂ ਸਿੱਧੂ ਦੇ ਲਈ ਲਿਖੀ ਸੀ ਉਸੇ ਦਿਨ ਲਿਖੀ ਸੀ ਜਿੱਦ ਦਿਨ ਮਤਲਬ ਕਿ ਸੰਸਕਾਰ ਹੋ ਰਿਹਾ ਸੀ ਕਿਉਂਕਿ ਮੈਂ ਵੀ ਉਸੇ ਮਤਲਬ ਕਿ ਜਨਾਜ਼ੇ ਦੇ ਵਿੱਚ ਸ਼ਾਮਲ ਸੀ ਜਿਵੇਂ ਉਹ ਕਹਿੰਦਾ ਉੱਠੂਆ ਜਨਾਜ਼ਾ ਮਿੱਟੀਏ ਉਹ ਕਹਿੰਦਾ ਕਿ ਠੰਡੀ ਹਵਾ ਦਾ ਬੁੱਲਾ ਹੋਵਾ ਮਾਂ ਦਾ ਕਲੇਜਾ ਠਾਰਾ ਜੀ ਠੰਡੀ ਹਵਾ ਦਾ ਬੁੱਲਾ ਹੋਮਾ ਮਾਂ ਦਾ ਕਲੀਜਾ 18 ਸਮੁੰਦਰ ਹੋਮਾ ਇਹ ਤਪ ਦੇ ਅੰਗਾਰਾਂ ਤੇ ਛਲ ਮਾਰਾਂ ਹੋਮਾ ਕੰਗਾ ਤੇਰੇ ਕਿਸਾਂ ਦਾ ਕਰ ਜੂੜਾ ਤੇਰੀ ਪੱਗ ਦੇ ਲੜ ਸਵਾਰਾਂ ਜੇ ਕਿਧਰੇ ਹੋਮਾ ਰੱਬ ਮੈਂ ਤੇਰੀ ਲਿਖੀ ਦਾ ਵਰਕਾ ਪਾਣਾ ਤੇਰੀ ਲਿਖੀ ਦਾ ਵਰਕਾ ਕੀ ਬਾਤ ਆ ਬਹੁਤ ਖੂਬਸੂਰਤ ਅਸੀਂ ਕਿਤਾਬ ਹਟ ਆਨੰਦ ਤੁਸੀਂ ਪੇਜ ਚਲਾਉਨੇ ਹੋ ਮੈਂ ਅਕਸਰ ਉਸ ਤੋਂ ਮੈਂ ਵੀ ਕਿਤਾਬਾਂ ਮੰਗਵਾਉਂਦਾ ਰਹਿਣਾ ਪੜਨਾਂ ਦੀ ਚੰਗਾ ਲੱਗਦਾ ਤੁਸੀਂ ਕਿਤਾਬ ਬਾਰੇ ਥੋੜਾ ਜਿਹਾ ਡਿਸਕਸ ਕਰ ਦਿੰਦੇ ਹੋ ਇੱਕ ਇੰਟਰਸਟ ਜਿਵੇਂ ਹੁਣ ਆਪਾਂ ਇਹ ਸ਼ੋ ਬੁੱਕਮਾਰਕ ਬਣਾਇਆ ਹੈਗਾ ਵੀ ਲੋਕਾਂ ਚ ਇੱਕ ਦਿਲਚਸਪੀ ਪੈਦਾ ਹੋ ਜੇ ਵੀ ਕਿਤਾਬ ਰੱਖਣੀ ਵੀ ਬਹੁਤ ਜ਼ਰੂਰੀ ਆ ਜੇ ਪੜ੍ਹਨੀ ਨਹੀਂ ਤਾਂ ਘਰ ਦੇ ਵਿੱਚ ਕਿਤਾਬ ਹੱਟ ਦਾ ਕਨਸੈਪਟ ਇਹ ਸੀਗਾ ਕਿ ਮੈਨੂੰ ਲੱਗਦਾ ਕਿ ਜਦੋਂ ਮੈਂ ਮੇਰਾ ਅਸੀਂ ਪੈਂਡੀਮੀ ਸਕੂਲ ਚਲਾਉਣਿਆ ਹਨਾ ਸਾਰਾ ਦਿਨ ਕਿਤਾਬਾਂ ਦੇ ਵਿੱਚ ਰਹਿਣਾ ਮੈਂ ਇੱਕ ਐਕਸਪੈਰੀਮੈਂਟ ਕਰਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਿਵੇਂ ਹੁਣ ਦੌੜ ਲੱਗੀ ਵੀ ਆ ਕਿ ਅਸੀਂ ਬਾਹਰ ਜਾਣਾ ਬਾਹਰ ਜਾਣਾ ਇੱਧਰ ਕੰਮ ਨਹੀਂ ਹੈਗਾ ਹਨਾ ਮੈਨੂੰ ਲੱਗਦਾ ਕਿ ਇੱਕ ਨਵਾਂ ਆਈਡੀਆ ਜਿਹੜਾ ਮੇਰੇ ਦਿਮਾਗ ਦੇ ਵਿੱਚ ਸੀਗਾ ਕਿ ਆਨਲਾਈਨ ਇੱਕ ਆਪਾ ਸਟੋਰ ਖੋਲਦੇ ਹਾਂਗੇ ਕਿਤਾਬਾਂ ਦਾ ਕਿਉਂਕਿ ਜਿਹੜਾ ਸਾਡਾ ਮਕਸਦ ਤਾਂ ਵੀ ਹਰ ਇੱਕ ਘਰੇ ਕਿਤਾਬ ਹੋਵੇ ਕਿਉਂਕਿ ਕਿਤਾਬ ਤੁਰਦੀ ਹੈ ਗੱਲਾਂ ਕਰਦੀ ਹੈ ਅਗਲੀ ਪੀੜ੍ਹੀ ਨੂੰ ਸਿਖਾਉਂਦੀ ਹੈ ਜਿਹੜੇ ਘਰੇ ਕਿਤਾਬਾਂ ਹੁੰਦੀਆਂ ਨੇ ਉਹ ਘਰ ਦਾ ਮਾਹੌਲ ਬਹੁਤ ਸੋਹਣਾ ਤੇ ਮਤਲਬ ਕਿ ਸਖਾਵਾਂ ਹੁੰਦਾ ਮੈਨੂੰ ਲੱਗਦਾ ਹੈ ਉਹਦੇ ਵਾਸਤੇ ਅਸੀਂ ਇਹ ਇੱਕ ਆਈਡੀਆ ਸੀਗਾ ਉਹ ਕਿਤਾਬ ਹੱਟ ਨਾਂ ਦਾ ਇੰਸਟਾਗ੍ਰam ਦੇ ਉੱਪਰ ਪੇਜ ਬਣਾਇਆ ਵੈਬਸਾਈਟ ਬਣਾਈ ਉਤੋਂ ਅਸੀਂ ਮਤਲਬ ਕਿ ਹੁਣ ਜਿਹੜਾ ਉਹ ਪੇਜ ਆ ਹੁਣ ਉਹ ਮਤਲਬ ਕਿ ਜਿਵੇਂ ਕਹਦੀ ਕਿ ਜਵਾਨ ਹੋ ਗਿਆ ਹੁਣ ਸਾਡੇ ਕੋਲੇ ਇੰਟਰਨੈਸ਼ਨਲ ਆਰਡਰ ਆਉਂਦੇ ਨੇ ਸਾਰੇ ਦੇਸ਼ਾਂ ਦੇ ਵਿੱਚੋਂ ਅਮਰੀਕਾ ਚੋਂ ਕੈਨੇਡਾ ਚੋਂ ਆਸਟ੍ਰੇਲੀਆ ਚੋਂ ਯੂਕੇ ਚੋਂ ਤੇ ਪੰਜਾਬ ਚ ਦਿੱਲੀ ਤੱਕ ਅਸੀਂ ਮਤਲਬ ਕਿ ਆਨਲਾਈਨ ਕਿਤਾਬਾਂ ਜਣੀਆਂ ਭੇਜਦੇ ਹਾਂ ਜਿੰਨੀਆਂ ਵੀ ਪੰਜਾਬੀ ਦੀਆਂ ਕਿਤਾਬਾਂ ਨੇ ਜਿੰਨਾ ਵੀ ਪੰਜਾਬੀ ਦਾ ਸਾਹਿਤ ਹੈ ਹਰ ਇੱਕ ਕਿਤਾਬ ਨਵੀਂ ਪੁਰਾਣੀ ਅਸੀਂ ਕਿਤਾਬ ਹੱਟ ਦੇ ਥਰੂ ਭੇਜਦੇ ਹਾਂ ਇੰਸਟਾਗ੍ਰam ਦੇ ਉੱਪਰ ਭੇਜਿਆ ਸਾਡਾ ਜੀ ਬਹੁਤ ਬਹੁਤ ਸ਼ੁਕਰੀਆ ਆ ਕਿਤਾਬ ਮੈਨੂੰ ਦੇ ਦਿਓ ਮਨਜਿੰਦਰ ਜੀ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ ਥੈਂਕ ਲਓ ਜੀ ਇਹ ਤਾਜੀ ਚਰੀਟ ਕਿਤਾਬ ਮਨਜਿੰਦਰ ਮੱਖਾ ਹੋਂ ਦੇ ਲਿਖੀ ਹੋਈ ਕਿਤਾਬ ਤੁਸੀਂ ਕਿਤਾਬ ਹੱਟ ਪੇਜ ਸਰਚ ਕਰ ਸਕਦੇ ਹੋ ਉਸ ਪੇਜ ਦੇ ਉੱਤੋਂ ਵੀ ਇਹ ਕਿਤਾਬ ਤੁਸੀਂ ਮੰਗਵਾ ਸਕਦੇ ਹੋ ਕਪਤਾ ਦੀ ਕਿਤਾਬ ਹੈ ਸਿੱਧੂ ਹੁਣਾ ਬਾਰੇ ਜਿਹੜੀ ਕਪਤਾ ਲਾਸਟ ਦੇ ਵਿੱਚ ਛਪੀ ਹੋਈ ਹੈ ਤਸਵੀਰ ਵੀ ਉਹਨਾਂ ਦੀ ਛਪੀ ਹੋਈ ਹੈ ਬਹੁਤ ਖੂਬਸੂਰਤ ਕਪਤਾਵਾਂ ਨੇ ਮੈਂ ਅਕਸਰ ਕਹਿੰਨਾ ਕਿ ਕਿਤਾਬ ਪੜਨਾ ਨਾ ਪੜਨਾ ਤੁਹਾਡੀ ਮਰਜ਼ੀ ਹੈ ਪਰ ਖਰੀਦ ਜ਼ਰੂਰ ਲੋ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਓ ਕਦੇ ਨਾ ਕਦੇ ਕੋਈ ਪੋਤਾ ਦੋਤਾ ਤੁਹਾਡਾ ਉਹ ਕਿਤਾਬ ਜ਼ਰੂਰ ਚੱਕੇਗਾ ਦੇਖਦੇ ਰਹੋ ਬੁੱਕਮਾਰਕ